ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਜਮਾਤ 10ਵੀਂ ਦਾ ਲੈਸਨ ਨੰਬਰ 1 ਮੈਥ ਦੇ ਮਿਲਾਨ ਕਰੋ ਦੇ ਨਾਲ ਸੰਬੰਧਿਤ ਪ੍ਰਸ਼ਨ ਡਿਸਕਸ ਕਰਨ ਜਾ ਰਹੇ ਹਾਂ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਇਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ जरूर करना इस शुरू कर दें जी मिलान करो ना संबंधित प्रश्न लैसन नंबर फस्ट है क्लास टेंथ मैथ मिलान करो तो एक साइड सैड तो रहे हो एक साइड को खबी साइड है एक साइड को, को सजी साइड है और वर्गमूल तीन है और असं राइट साइड देखना है कि वर्गमूल तीन किसके बराबर है की चीज़ है वर्गमूल तीन जी पता है कि एक अपरिमी संख्या ਉਸਵਾ ਸੈਕਿੰਡ ਹੈ 17 ਵਟਾ 8 ਇਹ ਕੀ ਹੈ ਜੀ ਇਹ ਇੱਕ ਸ਼ਾਂਤ ਅਵਰਤੀ ਹੈ ਸ਼ਾਂਤ ਅਵਰਤੀ ਇਸ ਦਾ ਮਤਲਬ ਹੈ ਕਿ ਜਦੋਂ ਅਸੀਂ 17 ਨੂੰ 8 ਦੇ ਨਾਲ ਤਕਸੀਮ ਕਰਦੇ ਹਾਂ ਤੇ ਆ ਜਾਂਦਾ ਸਾਡੇ ਕੋਲ ਜੀ 8 ਦੁਣੀ 16 1 ਆ ਜਾਏਗਾ ਇੱਥੇ ਡੈਸੀਮਲ ਆ ਜਾਂਦਾ ਹੈ ਤੇ 0 ਆ ਜਾਏਗਾ ਫਿਰ ਆ ਜਾਏਗਾ 8 1 8 ਫਿਰ ਮਾਈਨਸ ਕਰਾਂਗੇ 2 ਆ ਜਾਣਾ ਹੈ ਔਰ ਇਹ ਆ ਜਾਏਗਾ 8 ਦੁਣੀ 16 ਉਸ ਤੋਂ ਆਦਾ ਇਹਨਾਂ 4 40 ਬਣ ਜਾਣ ਤੇ 8 ਪੰਜ 40 ਤਾਂ ਇਹ ਜਿਹੜੀ ਸਾਡੇ ਕੋਲ ਡਿਵਾਈਡ ਹੈ ਪੂਰਾ ਕੰਪਲੀਟ ਹੋ ਜਾਂਦਾ ਇਸ ਕਾਰਨ ਨੂੰ ਅਸੀਂ ਕਹਿੰਦੇ ਆ ਸ਼ਾਂਤ ਅਵਰਤੀ ਉਸ ਤੋਂ ਬਾਅਦ ਹੈ 2 2 ਕੀ ਹੈ ਸਾਡੇ ਕੋਲ ਇੱਕ ਪਰਮੇਯ ਸੰਖਿਆ ਹੈ ਉਸ ਤੋਂ ਬਾਅਦ ਹੈ 17/6 ਇਹ ਕੀ ਹੈ ਅਸ਼ਾਂਤ ਅਵਰਤੀ ਹੈ ਇਹਨੂੰ ਜਦੋਂ ਅਸੀਂ ਡਿਵਾਈਡ ਕਰਾਂਗੇ ਤਾਂ ਇਹ ਪੂਰੀ ਜਿਹੜੀ ਹੈ ਡਿਜਟ ਜਿਹੜਾ ਡਿਵੀਜ਼ੀਬਲ ਨਹੀਂ ਹੋਏਗਾ ਇਸ ਕਾਰਨ ਇਸ ਨੂੰ ਅਸੀਂ ਕਹਿੰਦੇ ਆ ਅਸ਼ਾਂਤ ਅਵਰਤੀ ਠੀਕ ਹੈ ਜੀ ਉਸ ਤੋਂ ਬਾਅਦ ਹੈ ਸਾਡੇ ਕੋਲ ਲੈਸਨ ਨੰਬਰ 3 ਹੈ ਇਸ ਦੇ ਮਿਲਾਨ ਕਰੋ ਸਭ ਤੋਂ ਪਹਿਲਾਂ ਦਿੱਤਾ ਹੈ a1/a2 not equal to b1/b2 ਇਹ ਕੀ ਚੀਜ਼ ਹੈ ਜੇ ਸਾਡੇ ਕੋਲ ਇਦਾਂ ਦੀ ਕੰਡੀਸ਼ਨ ਆਂਦੀ ਹੈ ਤੇ ਨੂੰ ਅਸੀਂ ਕਹਿੰਦੇ ਹਾਂ ਕੇਵਲ ਇੱਕ ਹੱਲ ਹੈ ਅਗਰ ਸਾਡੇ ਕੋਲ ਕੰਡੀਸ਼ਨ ਆਂਦੀ ਹੈ a/ a2 b1/b2 not equal to c1/c2 ਤਾਂ ਇਸ ਕੰਡੀਸ਼ਨ ਨੂੰ ਹੀ ਕਹਿੰਦੇ ਹੈ ਕੋਈ ਹੱਲ ਨਹੀਂ ਉਸ ਤੋਂ ਬਾਅਦ ਅਗਰ a1/a2 b1/b2 c1/c2 ਤਿੰਨੋਂ ਕੰਡੀਸ਼ਨ ਅਗਰ ਬਰਾਬਰ ਆਉਂਦੀਆਂ ਨੇ ਇਹਨੂੰ ਅਸੀਂ ਕਹਿੰਦੇ ਹਾਂ ਜੀ ਅਨੇਕ ਹੱਲ ਹੈ। ਉਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 4 ਤ੍ਰਿਭੁਜ ਦੇ ਤਿੰਨ ਕੋਣਾਂ ਦਾ ਜੋੜ ਕਿੰਨਾ ਹੁੰਦਾ ਜੀ 180 ਹੁੰਦਾ ਉਹ ਚੱਕਰੀ ਚਤੁਰਭੁਜ ਦੇ ਚਾਰਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਜੀ 360 ਡਿਗਰੀ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਲੈਸਨ ਨੰਬਰ 4 ਇਸ ਦੇ ਅਸੀਂ ਮੈਚ ਅਪ ਕਰਾਂਗੇ ਔਰ ਸਭ ਤੋਂ ਪਹਿਲਾਂ ਕੁਛ ਨੇ ਦੋਗਾਤੀ ਸਮੀਕਰਨ ਦੇ વાસ્તਵਿਕ ਮੂਲ ਹੁੰਦੇ ਹਨ ਜਦੋਂ b² 4ac 0 ਹੁੰਦਾ ਇਹਨੂੰ ਅਸੀਂ ਕਹਿੰਦੇ ਆ વાસ્તਵਿਕ ਮੂਲ ਕੋਈ વાસ્તਵਿਕ ਮੂਲ ਨਹੀਂ ਹੁੰਦਾ ਜਦੋਂ d ਦੀ ਵੈਲਿਊ 0 ਹੁੰਦੀ ਹੈ ਯਾਨੀ ਕਿ b² 4ac ਸੈਕਿੰਡ ਦਾ ਸਾਡੇ ਕੋਲ b ਆ ਜਾਏਗਾ ਦੋ ਬਰਾਬਰ વાસ્તਵਿਕ ਮੂਲ ਹੁੰਦੇ ਆ ਜਦੋਂ b² 4ac ਸਾਡੇ ਕੋਲ 0 ਦੇ ਬਰਾਬਰ ਆ ਜਾਂਦਾ ਤੇ ਉਸ ਤੋਂ ਬਾਅਦ ਨੈਕਸਟ ਇਜ਼ ਦਾ 4th ਹੈ ਜੇਕਰ ਦੋ ਰੇਖਾਵਾਂ ਇੱਕ ਬਿੰਦੂ ਦੇ ਕੱਟਦੀਆਂ ਹਨ ਤਾਂ ਕੀ ਕਹਿੰਦੇ ਆ ਜਦੋਂ ਦੋ ਰੇਖਾਵਾਂ ਇੱਕ ਬਿੰਦੂ ਦੇ ਕੱਟਦੀਆਂ ਹਨ ਤਾਂ ਇੱਕ ਵਿਲੱਖਣ ਹੱਲ ਹੁੰਦਾ ਜੀ ਜੇ ਦੋ ਰੇਖਾਂ ਸਮਾਨਾਂਤਰ ਹਨ ਤਾਂ ਸਮੀਕਰਨ ਜੇ ਅਗਰ ਦੋ ਰੇਖਾਂ ਗ੍ਰਾਫ ਅਸੀਂ ਬਣਾਨੇ ਆ ਦੋ ਰੇਖਾਂ ਦਾ ਸਮਾਨਾਂਤਰ ਦਾ ਗ੍ਰਾਫ ਬੰਦਾ ਹੈ ਤਾਂ ਇਦਾਂ ਮੀਸ ਹੁੰਦਾ ਹੈ ਵੀ ਇਦਾ ਕੋਈ ਵੀ ਹੱਲ ਨਹੀਂ ਆਦਾ ਕੋਈ ਸੋਲੂਸ਼ਨ ਹੀ ਨਿਕਲਦਾ ਜੇ ਰੇਖਾ ਰੇਖਾਵਾਂ ਸੰਪਾਤੀ ਹਨ तो इस दे अनेक हल होंगे इसका ऑप्शन आ जाएगा जी ई अनेक हल होंगे हैं उस तो बाद क्वेश्चन नंबर सैवंथ है कि ए एक्स केयर प्लस बी एक्स प्लस सी इज़ इक्ल टू जीरो ए इज़ इक्वल टू जीरो सी नॉट इक्वल टू जीरो तो एक ये वास्तविक संख्या है दो घाती है वास्तविक संख्या तो असं गैस करना है जो आ गया ए एक्स स्केयर प्लस बी एक्स और ए कि आ गया जीरो तो साज गया बी एक्स प्लस सी तो यह होगा को रेखी समीकरण जिंकी पावर वन आती है यह आ जाएगा साढ़े रेखी समीकरण इसका ऑप्शन यह आ जाएगा उसके बाद कि अगर ए एक्स ए एक्स स्केयर प्लस बी एक्स प्लस सी इज़ इक्ल टू जीरो तो ए नॉट इक्वल टू जीरो तो इस कंडीशन एक्स की पावर दो है तो ये कि बन जाएगा दो घाती समीकरण ठीक है जी उसे को आ गया जी क्वेश्चन लैसन नंबर साढ़े को फिफ्थ है और इसका फर्स्ट क्वेश्चन है ए प्लस ए डी प्लस ए प्लस टू डी प्लस ए प्लस थ्री डी एक ही है जी तो यह ही है जी ये साढ़े को ए पी के आम रूप हैं ठीक है जी फस्ट टर्म सैकेंड टर्म थर्ड टर्म फोर्थ टर्म उस तो बाद है कि अगर एस बराबर एन वोटा दो ब्रैकट्स टू ए प्लस एन माइनस वन डी तो इनू की कहने ए पी के पहले एन पदा जोड़ उस तो बाद है sn ਬਰਾਬਰ ਹੈ n (n+1)/2 ਇਹ ਕੀ ਹੈ ਪਹਿਲੀਆਂ n ਸੰਪੂਰਨ ਸੰਖਿਆਵਾਂ ਦਾ ਜੋੜ ਇਸ ਦਾ ਮੈਚਪੇ ਆ ਜਾਏਗਾ ap ਦਾ n ਮਾ ਪਦ ਅਗਰੇ ਸੀ ਕੈਲਕੂਲੇਟ ਕਰਨਾ ਤੇ ਤੁਸੀਂ ਇਸ ਫਾਰਮੂਲੇ ਦੇ ਨਾਲ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਉਸ ਤੋਂ ਬਾਅਦ ਹੈ ਜੀ 5 ਨੰਬਰ ਤੇ ਹੈ ਕਿ 2 5 7 ਦਾ ਅਗਲਾ ਪਦ ਕਿਹੜਾ ਹੋਏਗਾ ਤੁਸੀਂ ਗੈਸ ਕਰ ਸਕਦੇ ਹੋ 2 5 7 ਆਗੇ 7 5 12 12 5 17 ਤੋਂ ਇਹਦਾ ਆਪਸ਼ਨ ਆ ਜਾਏਗਾ ਜੀ ਸਾਡੇ ਕੋਲ ਜੀ ਆਪਸ਼ਨ ਆ ਜਾਏਗਾ 17 ਉਸ ਤੋਂ ਬਾਅਦ ਹੈ 21 18 ਤੇ 15 ਅਗਲਾ ਪਦ ਕਿਹੜਾ ਹੋਏਗਾ ਗੈਸ ਕਰ ਦੋ ਠੀਕ ਹੈ ਜਿਸ ਤਰ੍ਹਾਂ ਆ ਗਿਆ 21 3 18 ਆਗੇ 18 ਵਿੱਚੋਂ 3 ਕੇ 15 15 ਵਿੱਚੋਂ 3 ਕੇਦਗੀ ਆ ਜਾਏਗਾ 12 ਆ ਜਾਏਗਾ ਉਸ ਤੇ ਮਾਈਨਸ 3 ਮਾਈਨਸ 1 ਤੇ 3 ਤੇ 7 ਅਗਲਾ ਪਦ ਗੈਸ ਕਰਨਾ ਜੀ ਅਗਲਾ ਪਦ ਆ ਜਾਏਗਾ ਸਾਡੇ ਕੋਲ 11 ਉਸ ਵਾਦ ਕੁਐਸਚਨ ਨੰਬਰ 8 ਹੈ 2 4 6 8 10 ਇਹ ਕੀ ਹੈ ਏਪੀ ਹੈ ਜਾਂ ਏਪੀ ਨਹੀਂ ਹੈ ਤੁਸੀਂ ਦੇਖਣਾ ਇਸ ਗੈਪ 2 ਤੇ 2 4 2 6 2 8 ਬਿਲਕੁਲ ਹੈ ਇਹਨੂੰ ਕੀ ਕਵਾਂਗੇ ਜੀ ਏਪੀ ਹੈ ਉਸ ਵਾਦ 1 4 8 13 ਤੇ ਇਹ ਏਪੀ ਹੈ ਗੈਸ ਕਰਨਾ ਹੈ ਕੁਐਸਚਨ ਨੰਬਰ 9 ਔਰ ਇਹ ਏਪੀ ਨਹੀਂ ਹੈ ਕਿਉਂਕਿ ਅਗਰ ਇਹ ਦੇ ਵਿੱਚ ਗੈਪ ਕਿੰਨਾ 1 ਤੇ 3 4 ਹੋ ਗਏ 4 ਤੇ 4 8 ਹੋ ਗਏ 8 ਤੇ 5 12 ਹੋ ਗਏ ਇਹਨਾਂ ਵਿੱਚ ਜਿਹੜਾ ਕਾਮਨ ਡਿਫਰੈਂਸ ਸੇਮ ਨਹੀਂ ਆ ਰਿਹਾ ਇਸ ਕਰਕੇ ਏਪੀ ਨਹੀਂ ਹੈ ਉਸ ਤੋਂ ਬਾਅਦ ਹੈ ਕੁਸ਼ਨ ਨੰਬਰ 10 ਹੈ ਕਿ 3 1 3 ਦਾ ਪਹਿਲਾ ਪਦ ਕਿਹੜਾ ਹੈ ਇਸ ਦਾ ਪਹਿਲਾ ਪਦ ਹੈ ਜੀ 3 ਉਸ ਤੋਂ ਬਾਅਦ ਹੈ ਇਹਦੇ ਵਿੱਚ ਸਾਂਝਾ ਅੰਤਰ ਕਿਹੜਾ ਸਾਂਝਾ ਅੰਤਰ ਹੋਏਗਾ ਸਾਡੇ ਕੋਲ ਸੈਕੰਡ ਟਰਮ ਵਿੱਚ ਅਸੀਂ ਫਸਟ ਟਰਮ ਨੂੰ ਮਾਈਨਸ ਕਰਾਂਗੇ -1 5 ਸਾਡੇ ਕੋਲ ਆ ਜਾਏਗਾ ਜੀ 4 ਨੈਕਸਟ ਹੈ ਜੀ ਲੈਸਨ ਨੰਬਰ 6 ਹੈ ਇਸ ਦੇ ਮਿਲਾਨ ਕਰੋ ਸਾਰੇ ਵਰਗ ਡੈਸ਼ ਹੁੰਦੇ ਹਨ ਸਾਰੇ ਵਰਗ ਕੀ ਹੁੰਦੇ ਆ ਜੀ ਸਮਰੂਪ ਹੁੰਦੇ ਸਾਰੇ ਜਿਹੜੇ ਵਰਗ ਹੈ ਕੀ ਹੁੰਦੇ ਸਮਰੂਪ ਹੁੰਦੇ ਹਨ ਸਾਰੇ ਡੈਸ਼ ਤ੍ਰਿਭੁਜ ਸਮਰੂਪ ਹੁੰਦੇ ਹਨ ਤੋ ਇਹਦਾ ਆ ਜਾਏਗਾ ਸੰਭੂਜੀ ਸਾਰੇ ਡੈਸ਼ ਤ੍ਰਿਭੁਜ ਸਮਰੂਪ ਹੁੰਦੇ ਹਨ ਸਾਰੇ ਸੰਭੂਜੀ ਤ੍ਰਿਭੁਜ ਜਿਹੜੇ ਆ ਸਮਰੂਪ ਹੁੰਦੇ ਹਨ 3rd ਕੁਐਸਚਨ ਹੈ ਦੋਨੋਂ ਤ੍ਰਿਭਜ ਡੈਸ਼ ਹਨ ਇਹਨਾਂ ਵਿੱਚ ਤੁਸੀਂ ਦੇਖ ਰਹੇ ਹੋ ਲੈਂਥ ਸੇਮ ਹੈ 2 ਸੈਂਟੀਮੀਟਰ 2 ਸੈਂਟੀਮੀਟਰ 3 ਸੈਂਟੀਮੀਟਰ 3 ਸੈਂਟੀਮੀਟਰ 4 ਸੈਂਟੀਮੀਟਰ 4 ਸੈਂਟੀਮੀਟਰ ਤੋ ਨਦੀ ਐਕਚੁਅਰ ਜਿਹੜੀ ਲੈਂਥ ਸੇਮ ਹੈ ਦੇ ਨੂੰ ਸਿਖਾਵਾਂਗੇ ਸਰਵਾਂਗ ਸਮ ਠੀਕ ਹੈ ਜੀ ਇਸ ਦਾ ਰਾਈਟ ਮਿਲਾਨ ਆ ਜਾਏਗਾ ਸਰਵਾਂਗ ਸਮ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਨੈਕਸਟ ਕੁਸ਼ਚਨ ਹੈ ਸਮਕੋਣ ਤ੍ਰਿਭੁਜ ABC ਦੇ ਵਿੱਚ AC ਦਾ ਸਕੁਅਰ ਬਰਾਬਰ AB ਦਾ ਸਕੁਅਰ ਪਲੱਸ BC ਦਾ ਸਕੁਅਰ ਤੋ ਇਹ ਕਿਹੜਾ ਫਾਰਮੂਲਾ ਜੀ ਇਹ ਸਾਡੇ ਕੋਲ ਫਾਰਮੂਲਾ ਹੈ ਪਾਈਥਾਗੋਰਸ ਦਾ ਫਾਰਮੂਲਾ ਕਰਨ ਦਾ ਵਰਗ ਬਰਾਬਰ ਆਧਾਰ ਦਾ ਵਰਗ ਜਮਾ ਲੰਬ ਦਾ ਵਰਗ ਉਸ ਦਾ ਦੂਸਰਾ ਕੀ ਅਗਰ ਤ੍ਰਿਭੁਜ ABC ਤੇ PQR ਇਹ ਨਿਸ਼ਾਨ ਦਿੱਤੇ ਦਾ ਸਾਡੇ ਕੋਲ ਸਿਮਿਲਰ ਹੈ ਤਾਂ ਅਗਰ ਤ੍ਰਿਭੁਜ ਸਿਮਿਲਰ ਹੈ ਤੇ ਉਹਨਾਂ ਦਾ ਏਰੀਆ ਦੀ ਜਿਹੜੀ ਰੇਸ਼ਿਓ ਹੈ ਉਹ ਉਸ ਦੀ ਪ੍ਰੋਪੋਰਸ਼ਨਲ ਸਾਈਡ ਦੇ ਸਕੁਅਰ ਦੇ ਬਰਾਬਰ ਹੁੰਦੀ ਹੈ ਇਹ ਸਾਡੇ ਕੋਲ ਆਪਸ਼ਨ ਆ ਜਾਏਗਾ A ਉਸ ਵਾ ਤਿੰਨ ਹੈ ਦੋ ਸਮਰੂਪ ਤ੍ਰਿਭੁਜਾਂ ਦੀ ਭੁਜਾਆਂ ਮਾ ਅਗਰ 4 ਅਨੁਪਾਤ 9 ਦੇ ਅਨੁਪਾਤ ਵਿੱਚ ਹਨ ਤਾਂ ਤ੍ਰਿਭੁਜਾਂ ਦਾ ਖੇਤਰਫਲ ਕਿੰਨਾ ਹੋਏਗਾ ਇਸ ਦਾ ਖੇਤਰਫਲ ਕਿੰਨਾ ਹੋ ਜਾਏਗਾ ਜੀ ਇਹਦਾ ਖੇਤਰਫਲ ਸਕੁਅਰ ਕਰ ਦਾਂਗੇ ਆ ਜਾਏਗਾ 4 ਚੁੱਕ 16 9 81 ਉਸ ਤੋਂ ਬਾਅਦ ਆ ਜਾਏਗਾ 4 ਦੋ ਸਮਰੂਪ ਤ੍ਰਿਭਜਾਂ ਦੇ ਖੇਤਰਫਲ ਦਾ ਅਨੁਪਾਤ ਹੈ 4 ਅਨੁਪਾਤ 9 ਤਾਂ ਇਹਨਾਂ ਦੀ ਬੁਝਾਵਾ ਦਾ ਅਨੁਪਾਤ ਕਿੰਨਾ ਹੋਏਗਾ ਤਾਂ ਇਹਨਾਂ ਦੇ ਬੁਝਾਵਾ ਦਾ ਅਨੁਪਾਤ ਆ ਜਾਏਗਾ 2 ਰੇਸ਼ੋ 3 ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਕੁਐਸਚਨ ਲੈਸਨ ਨੰਬਰ 7 ਔਰ ਇਸ ਦਾ ਫਰਸਟ ਕੁਐਸਚਨ ਹੈ ਦੋ ਬਿੰਦੂਆਂ ਪੀ ਐਕਸ 1 ਵਾਈ 1 ਕਯੂ ਐਕਸ 2 ਵਾਈ 2 ਦੀ ਦੂਰੀ ਦਾ ਫਾਰਮੂਲਾ और दूरी का फार्मूला आ जाएगा साढ़े को जी यह फार्मूला हूँ एक्स टू माइनस एक्स वन का होल स्केयर प्लस वाई टू माइनस वाई वन का होल स्केयर और टोटल स्केयर रूट आ जाएगा नैक्सट है पी साढ़े को पॉइंट है एक्स वन वाई वन और क्यू पॉइंट है इनका मध्य बिंदु कैलकुलेट करना तो मध्य बिंदु कैलकुलेट करने फार्मूला साढ़े को आ जाएगा जी डी ऑप्शन आ जाएगी एक्स वन प्लस एक्स टू बटा दो वाई वन प्लस वाई टू बटा दो तीसरा क्वेश्चन है बिंदु ਬਿੰਦੂ ਆ -4 ਦੇ 6 ਤੋਂ 8 ਤੇ 2 ਦਾ ਮੱਧ ਬਿੰਦੂ ਹੋ ਜਾਏਗਾ। ਕੁਐਸਚਨ ਨੰਬਰ 3 ਹੈ ਜੀ ਇਹਦਾ ਅਗਰ ਮੱਧ ਬਿੰਦੂ ਦਾ ਅਸੀਂ ਕੈਲਕੂਲੇਸ਼ਨ ਕਰਾਂਗੇ ਸਾਡੇ ਕੋਲ ਆਇਆ ਨਾ 2 ਤੇ 4 ਅਗਰ ਅਸੀਂ ਕੈਲਕੂਲੇਸ਼ਨ ਕਰ ਸਕਦੇ ਹਾਂ -4 8 ਇਹਨੂੰ ਕਰਾਂਗੇ 2 ਇਹ ਆ ਜਾਏਗਾ ਸਾਡੇ ਕੋਲ 4 2 ਕੈਨਸਲ ਕਰਕੇ ਕਿੰਨਾ ਆ ਜਾਣਾ 2। ਸਿਮਿਲਰ ਲਈ ਕਰਾਂਗੇ 6 2 2 ਕਰਾਂਗੇ ਆਇਨਾ 8 2 ਇਹਨੂੰ ਕੈਨਸਲ ਕਰਾਂਗੇ ਤੇ 4 ਹੀ ਆਨਸਰ ਆਇਆ ਨਾ 2 ਤੇ 4। 55 क्वेश्चन है जी पांचवे ਵਿੱਚ ਆ ਗਿਆ ਸਾਡੇ ਕੋਲ ਕਿ ਬਿੰਦੂਆਂ ਦੀ 0 0 ਤੇ 6 8 ਦੇ ਵਿਚਲੀ ਜਿਹੜੀ ਦੂਰੀ ਹੈ ਉਹ ਕਿੰਨੀ ਹੋਏਗੀ ਇਹ ਦੂਰੀ ਹੋਏਗੀ ਸਾਡੇ ਕੋਲ ਜੀ ਈ অপਸ਼ਨ ਆ ਜੀ ਨਾ 10 ਦੇ ਬਰਾਬਰ ਉਸ ਤੋਂ ਬਾਅਦ ਹੈ ਲੈਸਨ ਨੰਬਰ 8 ਦੇ 9 ਨੈਕਸਟ ਆ ਗਿਆ ਸਾਡੇ ਕੋਲ ਕੁਐਸਚਨ ਨੰਬਰ 9 ਹੈ ਜੀ ਸਭ ਤੋਂ ਪਹਿਲਾਂ ਆ ਗਿਆ ਸਾਇੰਸ ਕਿ θ cos² θ 1 ਦੇ ਬਰਾਬਰ ਹੈ ਕੋਸੈਕੈਂਟ θ ਕੀ ਦੇ ਬਰਾਬਰ ਹੈ 1 ਕੋਸਕ² θ ਹੁੰਦਾ ਜੀ 1 ਟੈਂਸ² θ ਉਸ ਤੋਂ ਬਾਅਦ ਆ ਗਿਆ ਜੀ ਕੋਸੈਕੈਂਟ θ ਕੋਸੈਕੈਂਟ θ ਹੁੰਦਾ 1 sin a ਔਰ sin 90 a ਆ ਜਾਂਦਾ ਜੀ cos a ਉਸ ਤੋਂ ਬਾਅਦ ਆ ਗਿਆ ਟੈਨ ਨਾਈਦਰ ਸਾਡੇ ਕੋਲ ਜੀ ਟੈਨ a ਆ ਜਾਏਗਾ 1 ਕੋਟ a ਉਸ ਤੋਂ ਬਾਅਦ ਆ ਗਿਆ ਸਾਡੇ ਕੋਲ sin θ sin θ ਹੁੰਦਾ ਸਾਡੇ ਕੋਲ ਜੀ sin θ ਆ ਜਾਏਗਾ ਲੰਬ ਕਰਨ ਲੰਬ ਕਰਨ ਟੈਨ θ ਆ ਜਾਏਗਾ ਟੈਨ θ ਆ ਗਿਆ ਲੰਬ ਆਧਾਰ कोट थीटा आ जाएगा इसका उल्टा आ जाएगा जी कोट थीटा आ जाएगा आधार बटा लंब कोट थीटा आ जाएगा आ जाएगा आधार बटा लंब उस बाद आ गया जी लैसन नंबर दस है जी मिलान करो एक चक्कर दिया डैश दैशपर्श रेखावं होंदिया हैं इस आ जाएगा जी अनेक ਕਿਸੇ ਚੱਕਰ ਦੀ स्पर्ਸ਼ ਰੇਖਾ ਉਸ ਨੂੰ ਡੈਸ਼ ਬਿੰਦੂਆਂ ਦੇ ਕੱਢਦੀ ਹੈ ਜੀ ਇੱਕ ਬਿੰਦੂ ਦੇ ਕੱਢਦੀ ਹੈ ਚੱਕਰ ਨੂੰ ਦੋ ਬਿੰਦੂਆਂ ਨੂੰ ਕੱਟਣ ਵਾਲੀ ਰੇਖਾ ਨੂੰ ছেਦਕ ਰੇਖਾ ਕਹਿੰਦੇ ਹਨ ਇੱਕ ਚੱਕਰ ਦੀਆਂ ਡੈਸ਼ ਸਮਾਨਾਂਤਰ ਰੇਖਾਵਾਂ ਹੋ ਸਕਦੀਆਂ ਹਨ ਦੋ ਚੱਕਰ ਅਤੇ ਉਸ ਦੀ स्पर्ਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ਸਪਰਸ਼ ਬਿੰਦੂ ਕਹਿੰਦੇ ਹਨ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਲੈਸਨ ਨੰਬਰ 2 ਸੌਰੀ ਲੈਸਨ ਨੰਬਰ ਸਾਡੇ ਕੋਲ ਆ ਗਿਆ ਜੀ 12 ਲੈਸਨ ਨੰਬਰ 12 ਹੈ ਅਰਧ ਵਿਆਸ ਖੰਡ ਦਾ ਜਿਹੜਾ ਖੇਤਰਫਲ ਹੈ ਉਹ ਹੁੰਦਾ ਸਾਡੇ ਕੋਲ πr² θ/360 ਅਰਧ ਵਿਆਸੀ ਖੰਡ ਦੇ ਸੰਗਤ ਚਾਪ ਦੀ ਜਿਹੜੀ ਲੰਬਾਈ ਹੈ ਉਹ ਆ ਜਾਏਗਾ ਸਾਡੇ ਕੋਲ ਜੀ π 360 2πr ਚੱਕਰ ਦਾ ਜਿਹੜਾ ਘੇਰਾ ਉਹ ਬਰਾਬਰ ਹੁੰਦਾ ਜੀ 2πr ਨੈਕਸਟ ਲੈਸਨ ਨੰਬਰ 13 ਬੇਲਨ ਦੀ ਕੁੱਲ ਸਤ੍ਹਾ ਦਾ ਖੇਤਰਫਲ ਇਹ ਹੁੰਦਾ ਜੀ 2πr ਬ੍ਰੈਕਟ ਚ 2πr 2πr² ਅਗਰ ਬੇਲਨ ਦਾ ਆਇਤਨ ਦੀ ਗੱਲ ਕਰੀ ਤੇ πr²h ਹੁੰਦਾ ਉਸ ਤੋਂ ਬਾਅਦ ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਇਹ ਸਾਡੇ ਕੋਲ ਫਾਰਮੂਲਾ ਆ ਜਾਏਗਾ ਉਸ ਤੋਂ ਬਾਅਦ ਚੱਕਰ ਦਾ ਖੇਤਰਫਲ ਆ ਜਾਏਗਾ ਜੀ πr² ਉਸ ਨੈਕਸਟ ਕੁਸ਼ਣ ਹੈ ਸਭ ਤੋਂ ਛੋਟੀ ਪੂਰਨ ਸੰਖਿਆ ਸਭ ਤੋਂ ਛੋਟੀ ਪੂਰਨ ਸੰਖਿਆ ਹੁੰਦੀ ਹੈ ਜੀ 0 ਉਸ ਤੋਂ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਹੁੰਦੀ ਹੈ ਜੀ 1 ਉਸ ਤੋਂ ਸਭ ਤੋਂ ਛੋਟੀ ਜਿਸਤ ਅਭਾਜ ਸੰਖਿਆ ਹੋ ਜਾਂਦੀ ਹੈ ਜੀ 2 ਉਸ ਤ੍ਰਿਭੁਜ ਦੇ ਤਿੰਨੋਂ ਕੋਨਾਂ ਦਾ ਜੋੜ ਜਿਹੜਾ ਉਹ ਕਿੰਨਾ ਹੁੰਦਾ ਜੀ 180 ਡਿਗਰੀ ਔਰ ਚਤੁਰਭੁਜ ਦੇ ਚਾਰਾਂ ਕੋਨਾਂ ਦਾ ਜੋੜ ਕਿੰਨਾ ਹੁੰਦਾ ਜੀ 360 ਡਿਗਰੀ ਔਰ ਸਮ ਕੋਣ ਦਾ ਮਾਪ ਕਿੰਨਾ ਹੁੰਦਾ ਜੀ 90 ਡਿਗਰੀ ਤੋ ਨੈਕਸਟ ਦੂਸਰਾ ਪਾਰਟ ਆ ਗਿਆ। ਤੋ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਨੈਕਸਟ ਪਾਰਟ ਅਸੀਂ ਅਗਲੀ ਵੀਡੀਓ 'ਚ ਡਿਸਕਸ ਕਰਾਂਗੇ। ਧੰਨਵਾਦ। ਜੈ ਹਿੰਦ।